ਹਾਂਜੀ ਸਤਿ ਸ਼੍ਰੀ ਅਕਾਲ ਜੀ ਤਿਆਰ ਹੋ ਗਏ ਤੁਸੀਂ ਸਾਰੇ ਉਹ ਤਿਆਰੀ ਖਿੱਚੋ ਯਾਰ ਦੀਵਾਲੀ ਆ ਗਈ ਹੈ ਅਤੇ ਆਪਾਂ ਇਸ ਦੀਵਾਲੀ ਨਾ ਇੱਕ ਛੋਟਾ ਜਿਹਾ ਪਲੈਜ ਲੈਣਾ ਹੈਗਾ ਅਤੇ ਪਲੈਜ ਇਹ ਹੈਗਾ ਕਿ ਆਪਾਂ ਇਸ ਦੀਵਾਲੀ 'ਤੇ ਖੁਸ਼ੀਆਂ ਮਨਾਉਣੀਆਂ ਘਰ ਰੰਗੋਲੀ ਸਜਾਉਣੀਆਂ ਸ਼ੋਪਿੰਗ ਕਰਨੀਆਂ ਮਿਠਾਈਆਂ ਖਾਣੀਆਂ ਨਮਕੀਨਾਂ ਖਾਣੀਆਂ ਇੱਕ ਦੂਸਰੇ ਦੇ ਘਰ ਖੁਸ਼ੀਆਂ ਔਰ ਢੇਰ ਸਾਰੀ ਖੁਸ਼ੀਆਂ ਲੈ ਕੇ ਜਾਣੀਆਂ ਪਰ ਇੱਕ ਛੋਟੀ ਜਿਹੀ ਚੀਜ਼ ਪਟਾਕਿਆਂ ਦੇ ਨਾਲ ਸਾਡਾ ਜਿਹੜਾ ਇਨਵਾਇਰਮੈਂਟ ਹੈਗਾ ਉਹ ਬਹੁਤ ਹੀ ਜ਼ਿਆਦਾ ਖਰਾਬ ਹੁੰਦਾ ਹੈਗਾ ਪਸ਼ੂ ਪੰਛੀਆਂ ਨੂੰ ਬਹੁਤ ਨੁਕਸਾਨ ਹੁੰਦਾ ਹੈ ਜਿਹੜੇ ਤੁਹਾਡੇ ਤੁਸੀਂ ਪੈਟਸ ਰੱਖੇ ਹੋਏ ਆ ਘਰ ਉਹਨਾਂ ਨੂੰ ਵਿਚਾਰਿਆਂ ਨੂੰ ਬਹੁਤ ਨੁਕਸਾਨ ਹੁੰਦਾ ਹੈ ਹਿਊਮਨਸ ਦਾ ਬਹੁਤ ਨੁਕਸਾਨ ਹੁੰਦਾ ਲੋਕਾਂ ਦੀ ਅੱਖਾਂ ਵਾਸਤੇ ਲੋਕਾਂ ਦੇ ਕੰਨਾਂ ਵਾਸਤੇ ਨੱਕ ਵਾਸਤੇ ਇਟ ਇਜ਼ ਵੈਰੀ ਹਾਰਮਫੁਲ ਅਤੇ ਤੁਸੀਂ ਜੇ ਤੁਹਾਡੇ ਕੋਲ ਜ਼ਿਆਦਾ ਪੈਸੇ ਹੈਗੇ ਤੁਸੀਂ ਯਾਰ ਡੋਨੇਟ ਕਰੋ ਲੋਕਾਂ ਨੂੰ ਖਾਣਾ ਖਵਾਓ ਲੋਕਾਂ ਨੂੰ ਤੁਸੀਂ ਪੈਸਾ ਡੋਨੇਟ ਕਰੋ ਪਰ ਪੈਸੇ ਨੂੰ ਅੱਗ ਨਾ ਲਾਓ ਦੇਖੋ ਜੀ ਮੈਂ ਤਾਂ ਛੋਟਾ ਜਿਹਾ ਉਪਰਾਲਾ ਕਰ ਸਕਦਾ ਬਾਕੀ ਕੋਸ਼ਿਸ਼ ਕਰਾਂਗਾ ਕਿ ਤੁਹਾਨੂੰ ਸਾਰਿਆਂ ਨੂੰ ਮੈਂ ਮਨਾ ਸਕਾਂ ਕਿ ਹੈਵ ਅ ਸੇਫ ਪ੍ਰੋਸਪਰਸ ਐਂਡ ਨੋਨ ਕਰੈਕਟਰ ਦੀਵਾਲੀ ਥੈਂਕ ਯੂ ਜੀ ਐਂਡ ਗਾਇਜ਼ ਕੀਪ ਵਾਚਿੰਗ ਕਮਲ ਡੇਅਰੀਜ਼ ਤੁਸੀਂ ਸਾਰੇ ਕਮਲ ਡੇਅਰੀਜ਼ ਨੂੰ ਬਹੁਤ ਸਾਰਾ ਪਿਆਰ ਦੇ ਰਹੇ ਹੋ ਕੀਪ ਲਵਿੰਗ ਕੀਪ ਸਪੋਰਟਿੰਗ ਐਂਡ ਹੈਵ ਅ ਸੇਫ ਐਂਡ ਸੈਕਸੀ ਦੀਵਾਲੀ